दूर तक ठंडी गुरु रविदास महाराज है, नाम का प्रकाश है, वो दूर दूर तक फैलिया। चलो राजे रूपे गुरु रविदास महाराज की शरण में गया। उस समय राजे ने अपनी इज्जत का बड़ा फर्क होता था, राजे ने अपनी इज्जत का फर्क होता थी। राजे खुद जान के बाद आसन परे रखे। महाराज मेरे ने ऐसे कौशल दिखाए कि पांडे हैरान हैरान रह गए। की लिखा गीत राजे कुंभे ने जब लंगेरी लगाया
ਜੇ ਤੂੰ ਵੀ ਆਇਆ ਤਾਂ ਤੂੰ ਨਾਮ ਦੀ ਕੋਸ਼ਿਸ਼ ਕਰ। ਉਹਨੇ ਸੋਚਿਆ ਕਿ ਕੰਮ ਦਾ ਪਾਣੀ ਪਲਾਈ ਮਿਲੇਗਾ। ਉਹਨੇ ਕੀਤਾ ਨੀ ਕਰਦੇ ਤਾਂ ਤੁਹਾਨੂੰ ਵੀ ਪਤਾ ਹੈ ਸਲੀਮ ਘਾਇਆ ਬਾਬਾ ਸਲੀਮ ਘਾਇਆ ਪਿਆਰ ਦੇ ਬਹਿ ਕੇ ਪਹੁੰਚਿਆ ਫਕੀਰ ਦੀ ਕਿਤਾਬ ਧੋਪੀ ਨੂੰ ਕੱਪੜੇ ਭੇਜ ਦਿੱਤੀ। ਹੁਣ ਕੰਮ ਦੀ ਦੁਨੀਆਂ ਦਾ ਜਿਹੜਾ ਰੰਗ ਹੁੰਦਾ ਉਹ ਕੱਪੜੇ ਦੇ ਕੱਢਿਆ ਤੇ ਧੋਪੀ ਨੇ ਘਰੇ ਜਾ ਕੇ ਕੱਪੜੇ ਸੀਤੇ। ਧੋਪੀ ਕਹਿੰਦਾ ਧੀਏ ਰਾਜ ਦੇ ਕੱਪੜੇ ਵਸਤਰ ਸਵੇਰੇ ਦੇਣੇ ਹੈ ਚੱਜ ਨਾਲ ਨਿਖਾਰ ਕੇ ਸਾਰਾ ਕੱਪੜੇ ਧੋ ਕੇ। ਧੋਪੀ ਦੀ ਬੇਟੀ ਨੇ ਕਿਹਾ ਵੀ ਪਿਤਾ ਜੀ ਆਹ ਰੰਗ ਨਹੀਂ ਜਾ ਰਿਹਾ। ਉਹ ਕਹਿੰਦਾ ਇਹ ਕੱਢਣੇ ਪੈਣੇ ਰਾਜੇ ਨੇ ਮਾਰ ਦਿੱਤਾ ਰਾਜੇ ਦੇ ਕੱਪੜੇ ਹੈ। ਫਿਰ ਉਹਨੇ ਕਿਆ ਕੀਤਾ ਉਹਨੇ ਕਫਾ ਨੂੰ ਆਪਣੇ ਰੂਹਾਂ ਦੇ ਨਾਲ ਚੂਸਿਆ। ਚੰਦਰਾਮਤ ਧੋਪੀ ਦੀ ਕੁੜੀ ਦੇ ਅੰਦਰ ਚਲਾ ਗਿਆ ਤੇ ਉਹਦੀ ਸੁਰਤੀ ਜਿਹੜੀ ਉਹ ਹੱਥ ਮੱਥ ਦੇ ਵਿੱਚ ਲੱਗੀ। ਜਦੋਂ All right.